ਮੇਰਾ ਪਾਈਲਸ ਤੋਂ ਕਾਫੀ ਪਰੇਸ਼ਾਨ ਸੀਗਾ ਬਵਾਸੀਰ ਤੋਂ। ਇੱਧਰ ਉੱਧਰ ਦੇਸੀ ਦਵਾਈਆਂ ਵੀ ਖਾਧੀਆਂ, ਕੋਈ ਫਰਕ ਨਹੀਂ ਪਿਆ। ਸਟਾਰ ਹੋਸਪਿਟਲ ਆ, ਇਹਨਾਂ ਕੋਲੋਂ ਮਿਲੋ। ਉੱਥੇ ਡਾਕਟਰ ਸਾਹਿਬ ਨੇ ਇਹਨਾਂ ਨੇ ਚੈੱਕਅਪ ਕੀਤਾ ਅਤੇ ਲੇਜ਼ਰ ਨਾਲ ਪੇਸ਼ੈਂਟ ਕੀਤਾ, ਸਹੀ ਇਹਨਾਂ ਨੇ ਸਾਰਾ ਟ੍ਰੀਟਮੈਂਟ ਕੀਤਾ ਔਰ ਦੂਸਰੇ ਦਿਨ ਹੀ ਆਰਾਮ ਮਿਲ ਗਿਆ ਸੀ ਮੈਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਕਮਲਜੀਤ ਸਿੰਘ ਲੁਧਿਆਣੇ ਤੋਂ, ਅਤੇ ਮੈਂ ਪਾਈਲਸ ਤੋਂ ਕਾਫੀ ਪਰੇਸ਼ਾਨ ਸੀਗਾ ਬਵਾਸੀਰ ਤੋਂ। 6-7 ਮਹੀਨੇ ਹੋ ਗਏ ਸੀਗੇ, ਇੱਧਰ ਉੱਧਰ ਦੇਸੀ ਦਵਾਈਆਂ ਵੀ ਖਾਧੀਆਂ, ਕੋਈ ਫਰਕ ਨਹੀਂ ਪਿਆ। ਅਤੇ ਜਿਹੜੀ ਤੜਫ ਸੀਗੀ ਉਹ ਬਹੁਤ ਸੀਗੀ, ਤੜਫਾਂਦੀ ਬਹੁਤ ਸੀਗੀ। ਅਤੇ ਸਾਡੇ ਗੁਰ ਭਾਈ ਹੈ ਜਲੰਧਰ ਦੀਪੂ, ਉਹਨਾਂ ਨੇ ਮੈਨੂੰ ਰੈਫਰੈਂਸ ਦਿੱਤਾ ਕਿ ਤੁਸੀਂ ਜਲੰਧਰ ਵਿੱਚ ਆਓ ਅਤੇ ਸਟਾਰ ਹੋਸਪਿਟਲ ਆ, ਇਹਨਾਂ ਕੋਲੋਂ ਮਿਲੋ। ਉੱਥੇ ਡਾਕਟਰ ਸਾਹਿਬ ਨੇ ਇਹਨਾਂ ਨੇ ਚੈੱਕਅਪ ਕੀਤਾ ਅਤੇ ਲੇਜ਼ਰ ਨਾਲ ਪੇਸ਼ੈਂਟ ਕੀਤਾ, ਅਤੇ ਮਾਰੀ ਕਿਰਪਾ ਨਾਲ ਬਿਲਕੁਲ ਠੀਕ ਆ। ਜਦੋਂ 2.5 ਘੰਟੇ ਨਸ ਟਸ ਟਸ ਕਰਦੀ ਸੀ, ਤੜਫਦਾ ਸੀ, ਉਹਦੇ ਨਾਲ ਹੁਣ ਆਰਾਮ ਆ ਅਤੇ ਬਿਲਕੁਲ ਸਹੀ ਇਹਨਾਂ ਨੇ ਸਾਰਾ ਟ੍ਰੀਟਮੈਂਟ ਕੀਤਾ ਔਰ ਦੂਸਰੇ ਦਿਨ ਹੀ ਆਰਾਮ ਮਿਲ ਗਿਆ ਸੀ ਮੈਨੂੰ। ਜਿਹੜੀ ਪਾਈਲਸ ਦਾ ਮੇਰਾ ਜੋ ਓਪਰੇਸ਼ਨ ਉਹ ਲੇਜ਼ਰ ਨਾਲ ਹੋਇਆ ਅਤੇ ਉਹਦੇ ਥਰੂ ਬਾਅਦ 'ਚੋਂ ਮੇਰੀ ਬਿਲਕੁਲ ਹੀ ਬਲੀਡਿੰਗ ਨਹੀਂ ਹੋਈ ਔਰ ਬਲੀਡਿੰਗ ਬਿਲਕੁਲ ਬੰਦ ਹੈ। ਅਤੇ ਹਫ਼ਤੇ ਬਾਅਦ ਡਾਕਟਰ ਸਾਹਿਬ ਕੋਲ ਆਇਆ ਚੈੱਕਅਪ ਕਰਾਉਣ ਵਾਸਤੇ, ਬਿਲਕੁਲ ਸਹੀ ਹੈ। ਬਿਲਕੁਲ ਜੋ ਮੇਰਾ ਤੜਫ ਸੀ, ਜੋ ਮੇਰਾ ਜ਼ੁਖਮ ਸੀਗਾ, ਤੜਫਾਉਂਦਾ ਸੀ 2-2.5 ਘੰਟੇ, ਉਹ ਬਿਲਕੁਲ ਆਰਾਮ ਹੈ। ਡਾਕਟਰ ਸਾਹਿਬ ਦਾ ਸੁਭਾਅ ਵੀ ਬਹੁਤ ਚੰਗਾ ਹੈ, ਪਿਆਰ ਨਾਲ ਉਹਨਾਂ ਨੇ ਟ੍ਰੀਟਮੈਂਟ ਕੀਤਾ। ਜਿਨ੍ਹਾਂ ਨੂੰ ਵੀ ਪਾਈਲਸ ਦੀ ਪ੍ਰੋਬਲਮ ਆ, ਜੇ ਉਹਨਾਂ ਨੂੰ ਕਿਤੇ ਨਹੀਂ ਆਰਾਮ ਆ ਰਿਹਾ, ਜੋ ਡਾਕਟਰ ਸਾਹਿਬ ਨੇ, ਅਤੇ ਉਹਨਾਂ ਕੋਲ ਆ ਕੇ ਤੁਸੀਂ ਆਪਣਾ ਟ੍ਰੀਟਮੈਂਟ ਕਰਾਓ। ਜਲੰਧਰ ਬੱਸ ਸਟੈਂਡ ਦੇ ਕੋਲ ਨੇ ਔਰ ਸਟਾਰ ਹੋਸਪਿਟਲ। ਸਤਿ ਸ਼੍ਰੀ ਅਕਾਲ ਜੀ।